ਜੀ ਸਾਡੇ ਟੋਟਲ 357 ਟਾਈਟਲ ਨੇ, ਜਿਨ੍ਹਾਂ 'ਚੋਂ 207 ਜਿਹੜੀਆਂ ਕਿਤਾਬਾਂ ਨੇ ਟਾਈਟਲ ਉਹ ਛਪ ਕੇ ਬਲੋਕ ਦੇ ਵਿੱਚ ਚਲੇ ਗਈਆਂ, ਔਰ ਇੱਥੋਂ ਤੱਕ ਕਿ ਮੈਂ ਕੁਝ ਸਕੂਲ ਵਿਜ਼ਿਟ ਕਰਕੇ ਵੀ ਆਇਆ, ਸਕੂਲਾਂ ਤੱਕ ਵੀ ਪਹੁੰਚ ਗਈਆਂ ਨੇ। ਉਸ ਤੋਂ ਬਾਅਦ ਸਾਡੇ ਕੋਲ 18 ਕੁਛ ਟਾਈਟਲ ਐਸੇ ਨੇ ਜਿਨ੍ਹਾਂ ਦੀ ਛਪਾਈ ਅਸੀਂ ਨਹੀਂ ਕਰਾਉਣੀ, ਔਨਲਾਈਨ ਹੀ ਉਹ ਦਿੱਤੀਆਂ ਜਾਣਗੀਆਂ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। 27 ਟਾਈਟਲ ਐਸੇ ਨੇ ਜਿਹੜੇ NCERT ਦੇ ਅਸੀਂ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣਾ ਸਿਲੇਬਸ ਐਟ ਪਾਰ ਵਿਦ NCERT ਕਰੀਏ, ਅਸੀਂ ਆਪ ਵੀ ਉਹਨਾਂ ਨੂੰ ਜਿਹੜਾ ਅਨੁਵਾਦ ਕਰਕੇ ਛਾਪਦੇ ਹਾਂ, ਲੇਕਿਨ 27 ਟਾਈਟਲ ਐਸੇ ਨੇ ਜੋ ਹਿੰਦੀ ਅਤੇ ਇੰਗਲਿਸ਼ ਦੇ ਨੇ ਉਹ ਐਜ਼ ਇਟ ਇਜ਼ ਅਸੀਂ ਲਗਾਵਾਂਗੇ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ, ਉਹ ਵੀ ਸਾਨੂੰ ਛਪਾ ਕੇ ਜਿਹੜਾ ਫਾਇਦਾ ਨਹੀਂ ਹੁੰਦਾ। ਅਤੇ ਇੱਕ 27 ਹੋਰ ਟਾਈਟਲ ਨੇ ਜਿਨ੍ਹਾਂ ਦਾ ਪੇਪਰ ਸਾਡਾ ਪ੍ਰੈਸ ਦੇ ਵਿੱਚ ਜਾ ਚੁੱਕਿਆ, ਔਰ ਉਹ ਜਿਹੜਾ ਹੈ 17 ਅੱਜ ਤੱਕ ਦੀ ਉਹਨਾਂ ਨੂੰ ਅਲਟੀਮੇਟਮ ਸੀ, ਉਹ ਪਹੁੰਚ ਗਏ ਸਾਡੇ ਡਿਪੂਆਂ ਦੇ ਵਿੱਚ ਪਹੁੰਚ ਰਹੇ ਆ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਸਾਡੇ ਕੋਲ ਜਿਹੜੇ 54-55 ਜਿਹੜੇ ਟਾਈਟਲ ਨੇ ਉਹ ਅਜੇ ਬਾਕੀ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚ ਅਲਾਟਮੈਂਟ ਕਰਕੇ, ਉਹਨਾਂ ਦੀ ਅਲਾਟਮੈਂਟ ਹੋਈ ਹੋਈ ਹੈ ਅਤੇ ਪੇਪਰ ਦੀ ਸ਼ੋਰਟੇਜ ਕਰਕੇ ਉਹ ਅਜੇ ਰਹਿ ਰਹੇ ਨੇ। ਪੇਪਰ ਦੇ ਵਿੱਚ ਜੋ ਹੈ ਇਹ ਥੋੜ੍ਹੀ ਪਿੱਛੇ ਪ੍ਰੋਬਲਮ ਆਈ ਸੀ ਕਿ ਪੇਪਰ ਜਿਸ ਜੋ ਕਿਤਾਬਾਂ ਲਈ ਪ੍ਰਸਕ੍ਰਾਈਬਡ ਹੈ ਉਸ ਦੀ ਵੈਸੇ ਤਾਂ ਕੰਟਰੀ ਵਾਈਡ ਹੀ ਥੋੜ੍ਹੀ ਪ੍ਰੋਬਲਮ ਸੀ, ਉਹ ਪੇਪਰ ਦੀ ਅਵੇਲੇਬਿਲਟੀ ਨਾ ਹੋਣ ਕਰਕੇ। ਬੇਸ਼ੱਕ ਪਿਛਲੇ ਸਾਲ ਜੂਨ ਤੋਂ ਇਹ ਪ੍ਰੋਸੈਸ ਸ਼ੁਰੂ ਕੀਤਾ ਗਿਆ, ਲੇਕਿਨ ਕੁਝ ਕਾਰਨਾਂ ਕਰਕੇ ਪੇਪਰ ਜਿਹੜਾ ਹੈ ਉਹ ਨਹੀਂ ਆ ਸਕਿਆ। ਉਹਦਾ ਦੂਜਾ ਰੀਜ਼ਨ ਇਹ ਸੀਗਾ ਕਿ ਜਿਹੜਾ ਸਾਡੀ ਇੱਕ ਗੌਰਮੈਂਟ ਦਾ ਰੇਟ ਤੈਅ ਕਰਨ ਵਾਲੀ ਏਜੰਸੀ ਹੈ, ਜਿਸ ਨੂੰ ਅਸੀਂ ਡਾਇਰੈਕਟਰ ਜਨਰਲ ਸਪਲਾਈ ਐਂਡ ਡਿਸਪੋਜ਼ਲ ਕਹਿੰਦੇ ਹਾਂ, ਉਹਦੇ ਵਿੱਚੋਂ 31 ਜਨਵਰੀ ਤੱਕ ਹੀ ਰੇਟ ਤੈਅ ਹੋਏ ਸੀ, ਉਸ ਤੋਂ ਬਾਅਦ ਨਵੇਂ ਰੇਟ ਨਹੀਂ ਆਏ। ਜਦੋਂ ਅਸੀਂ ਟੈਂਡਰ ਕਰਦੇ ਹਾਂ ਤਾਂ ਉਹਨਾਂ ਲੋਕਾਂ ਨੂੰ ਇਹ ਫੀਲਿੰਗ ਆ ਜਾਂਦੀ ਹੈ ਵੀ, ਕਿਉਂਕਿ ਸਾਡੀ ਕੰਡੀਸ਼ਨ ਹੁੰਦੀ ਹੈ ਗੌਰਮੈਂਟ ਦੀਆਂ ਹਦਾਇਤਾਂ ਨੇ ਵੀ ਜਿਹੜਾ ਰੇਟ ਤੁਸੀਂ ਪੇਪਰ ਪਰਚੇਜ਼ ਕਰਨਾ L1 ਘੱਟ ਤੋਂ ਘੱਟ ਰੇਟ 'ਤੇ ਜਿਹੜੀ ਪਾਰਟੀ ਕਰਦੀ ਹੈ ਜਾਂ ਜਿਹੜਾ ਸਰਕਾਰੀ ਰੇਟ ਹੈ ਉਹਦੇ 'ਚੋਂ ਜਿਹੜਾ ਘੱਟ ਹੋਏਗਾ ਉਹ ਰੇਟ 'ਤੇ ਅਸੀਂ ਪੇਪਰ ਪਰਚੇਜ਼ ਕਰ ਸਕਦੇ ਹਾਂ ਗੌਰਮੈਂਟ ਦੀ ਪੋਲਿਸੀ ਅਨੁਸਾਰ। ਲੇਕਿਨ ਕਿਉਂਕਿ ਰੇਟ ਅਜੇ DGSND ਦਾ ਨਹੀਂ ਆਇਆ, ਇਸ ਕਰਕੇ ਪਾਰਟੀਆਂ ਨੂੰ ਇਹ ਖਦਸ਼ਾ ਰਿਹਾ ਵੀ ਕਿਤੇ ਉਹ ਰੇਟ ਕਾਫੀ ਜ਼ਿਆਦਾ ਘੱਟ ਨਾ ਹੋਵੇ, ਕਿਉਂਕਿ ਮਾਰਕੀਟ ਦੇ ਵਿੱਚ ਪੇਪਰ ਦੇ ਰੇਟਸ ਜਿਹੜੇ ਕਾਫੀ ਵੱਧ ਚੁੱਕੇ ਨੇ। ਇਸ ਕਰਕੇ ਸਾਡੇ ਟੈਂਡਰ ਦੇ ਵਿੱਚ ਕੋਈ ਕੰਪੀਟੀਸ਼ਨ ਪਿਛਲੇ ਟਾਈਮ ਦੇ ਵਿੱਚ ਨਹੀਂ ਆਇਆ। ਹੁਣ ਇੱਕ ਪਾਰਟੀ ਦਾ ਸਾਡੇ ਕੋਲ ਟੈਂਡਰ ਆ ਗਿਆ, ਸਿੰਗਲ ਪਾਰਟੀ ਹੋਣ ਕਰਕੇ ਅਸੀਂ ਉਹਨਾਂ ਦਾ ਸੈਂਪਲ ਜਿਹੜਾ ਹੈ ਉਹ ਚੈਕਿੰਗ ਲਈ ਭੇਜ ਦਿੱਤਾ ਸੈਂਪਲ, ਅਤੇ ਨਾਲ ਹੀ ਅਸੀਂ ਸਰਕਾਰ ਤੋਂ ਇਹ ਪਰਮਿਸ਼ਨ ਲੈਣੀ ਹੈ ਕਿ ਸਿੰਗਲ ਦੇ ਵਿੱਚ ਸਾਨੂੰ, ਕਿਉਂਕਿ ਰੀਟੈਂਡਰ ਹੋਇਆ, ਅਲਾਓ ਕੀਤਾ ਜਾਵੇ। ਸੋ ਦੋਨੋਂ ਪਾਸੇ ਸਾਡਾ ਇਹ ਪ੍ਰੋਸੈਸ ਚੱਲ ਰਿਹਾ, ਫਿਰ ਅਸੀਂ ਇਹਦੀ ਫਾਈਨੈਂਸ਼ੀਅਲ ਬਿਡ ਖੋਲ੍ਹਾਂਗੇ, ਜਿਹਦੇ ਨਾਲ ਸਾਨੂੰ ਉਮੀਦ ਹੈ ਕਿ ਜਿਹੜੇ ਆਉਣ ਵਾਲੇ 1-1.5 ਮਹੀਨੇ ਦੇ ਵਿੱਚ ਇਹ ਜਿਹੜੀ ਸਾਰੀ ਸਮੱਸਿਆ ਇਹ ਪੂਰੀ ਹੋ ਜਾਏਗੀ ਸਾਡੇ ਪੇਪਰ ਦੀ, ਅਤੇ ਕਿਤਾਬਾਂ ਸਾਰੀਆਂ ਪਹੁੰਚ ਜਾਣਗੀਆਂ। ਇਸ ਗੱਲ ਬਾਰੇ ਸਾਨੂੰ ਪਹਿਲਾਂ ਹੀ ਅਸੀਂ ਭਾਂਤ ਲਿਆ ਸੀ ਕਿ ਇਸ ਵਾਰ ਕੁਛ ਟਾਈਟਲ ਜਿਹੜੇ ਹੈਗੇ ਆ ਉਹ ਸਮੇਂ ਸਿਰ ਨਹੀਂ ਜਾਣਗੇ, ਔਰ ਨਾਲ ਦੀ ਨਾਲ ਨਵੀਂ ਸਰਕਾਰ ਵੱਲੋਂ ਇਹ ਹਦਾਇਤਾਂ ਸੀਗੀਆਂ ਕਿ ਔਨਲਾਈਨ ਸਾਡੀਆਂ ਬੁੱਕਸ ਕੀਤੀਆਂ ਜਾਣ, ਜਿਹਦੇ 'ਚੋਂ ਅਸੀਂ 152 ਟਾਈਟਲ ਔਨਲਾਈਨ ਵੀ ਕਰ ਦਿੱਤੇ ਨੇ। ਦੂਜਾ ਅਸੀਂ ਇੱਕ ਹੋਰ ਸੋਚਿਆ ਜੋ ਸਰਕਾਰ ਨੇ ਉਸ ਨੂੰ ਮੰਨ ਕੇ ਚਿੱਠੀ ਵੀ ਕੱਢ ਦਿੱਤੀ ਹੈ ਕਿ ਪੁਰਾਣੀਆਂ ਕਿਤਾਬਾਂ, ਕਿਉਂਕਿ ਕਾਫੀ ਪੁਰਾਣੀਆਂ ਜਿਹੜੀਆਂ ਕਿਤਾਬਾਂ ਉਹ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਜਾਂਦੀਆਂ, ਚਾਹੇ ਸੋਸ਼ਲ ਵੈਲਫੇਅਰ ਵੱਲੋਂ ਚਾਹੇ ਸਰਵ ਸਿੱਖਿਆ ਅਭਿਆਨ ਵੱਲੋਂ, ਕਿਉਂਕਿ ਅਸੀਂ ਸਿਰਫ 18% ਹੀ ਕਿਤਾਬਾਂ ਮਾਰਕੀਟ ਦੇ ਰਾਹੀਂ ਵੇਚਦੇ ਹਾਂ, ਬਾਕੀ ਸਾਰੀਆਂ ਸਰਕਾਰੀ ਏਜੰਸੀਆਂ ਰਾਹੀਂ ਹੀ ਬੱਚਿਆਂ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਨੇ। ਔਰ ਇੱਕ ਸਾਲ ਦੇ ਵਿੱਚ ਅਗਰ ਬੱਚਾ ਸਾਂਭ ਕੇ ਰੱਖਦਾ ਹੈ ਤਾਂ ਕਿਤਾਬ ਦੂਸਰੇ ਸਾਲ ਲਈ ਯੂਜ਼ ਕਰਨ ਦੇ ਯੋਗ ਵੀ ਹੁੰਦੀ ਹੈ। ਅਸੀਂ ਇੱਕ ਨਵਾਂ ਐਕਸਪੈਰੀਮੈਂਟ ਇਸ ਵਾਰ ਕੀਤਾ, ਜੋ ਮੈਂ ਕੁਝ ਸਕੂਲਾਂ 'ਚ ਜਾ ਕੇ ਹਾਂ, ਉਹ ਮੈਨੂੰ ਬੜਾ ਕਾਮਯਾਬ ਵੀ ਲੱਗਿਆ ਕਿ ਬਹੁਤ ਸਾਰੇ ਸਕੂਲਾਂ ਨੇ ਜਿਹੜੀਆਂ ਪੁਰਾਣੀਆਂ ਕਿਤਾਬਾਂ ਸੀ ਉਹ ਲੈ ਕੇ ਵਿਦਿਆਰਥੀਆਂ ਨੂੰ ਦੇ ਦਿੱਤੀਆਂ ਨੇ, ਔਰ ਅੱਗੋਂ ਲਈ ਵਿਦਿਆਰਥੀਆਂ ਨੂੰ ਸਾਂਭਣ ਦੀਆਂ ਵੀ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ। ਇੱਕ ਅੱਛਾ ਰੁਝਾਨ ਹੋਏਗਾ ਜਿਹਦੇ ਨਾਲ, ਕਿਉਂਕਿ ਸਾਡਾ ਬੋਰਡ ਦਾ ਕੰਮ ਸਿਰਫ ਕਿਤਾਬਾਂ ਵੇਚਣਾ ਮੇਨ ਕੰਮ ਨਹੀਂ ਹੈ, ਅਸੀਂ ਨਹੀਂ ਚਾਹਾਂਗੇ ਕਿ ਹਰੇਕ ਸਾਲ ਨਵੀਆਂ ਕਿਤਾਬਾਂ ਲੱਗਣ, ਸਾਰੀਆਂ ਦੀ ਸਾਰੀਆਂ ਵਿਕਣ, ਸਗੋਂ ਅਗਰ ਜਿਹੜੀਆਂ ਪੁਰਾਣੀਆਂ ਕਿਤਾਬਾਂ ਨੇ ਉਹ ਬੱਚੇ ਸੰਭਾਲ ਕੇ ਰੱਖਦੇ ਨੇ, ਅਗਲੇ ਬੱਚੇ ਯੂਜ਼ ਕਰਦੇ ਨੇ, ਤਾਂ ਪੇਪਰ ਦੀ ਬਹੁਤ ਖਪਤ ਘੱਟ ਹੋਏਗੀ, ਜੋ ਸਾਡੇ ਵਾਤਾਵਰਨ 'ਤੇ ਵੀ ਚੰਗਾ ਇਫੈਕਟ ਪਾਏਗੀ। ਸੋ ਇਹ ਚੀਜ਼ ਵੀ ਅਸੀਂ ਪੈਰਲਲ ਕੀਤੀ ਹੈ। ਔਰ ਸੈਟਰਡੇ ਮੈਂ ਜਿਹਨਾਂ ਸਕੂਲਾਂ 'ਚ ਵਿਜ਼ਿਟ ਕੀਤਾ ਤਾਂ ਮੈਨੂੰ ਇਸ ਤਰ੍ਹਾਂ ਦੀ ਬੜੀ ਇਸ ਗੱਲ ਦਾ ਅੱਛਾ ਲੱਗਿਆ ਕਿ ਕਿਸੇ ਵੀ ਸਕੂਲ ਦੇ ਵਿੱਚ ਕਿਤਾਬਾਂ ਨਾ ਹੋਣ ਕਰਕੇ ਪੜ੍ਹਾਈ ਦਾ ਕੋਈ ਹਰਜ ਨਹੀਂ ਹੋ ਰਿਹਾ। ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਧਰਮਿੰਦਰ ਨੰਦ। ਅਨੰਦ ਜੀ, ਜਿਹੜੀ ਆ ਬੁੱਕਸ ਜਿਹੜੀਆਂ ਨਹੀਂ ਛਾਪੀਆਂ ਜਾ ਰਹੀਆਂ ਕੋਈ ਕਾਗਜ਼ ਦੀ ਕਮੀ ਦੇ ਕਰਕੇ ਬੋਰਡ ਵੱਲੋਂ, ਉਹਦੇ ਬਾਰੇ ਤੁਹਾਡੇ ਕੀ ਕਹਿਣਾ, ਵੀ ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਹੋਣ ਦਾ ਖਤਰਾ? ਇੱਦਾਂ ਸਾਡੇ ਤਾਂ ਇੱਕ ਤਾਂ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈਗਾ,
ਠੀਕ ਹੈ ਇਹਨਾਂ ਨੂੰ ਥੋੜ੍ਹੀ ਜਿਹੀ ਕਮੀ ਇਹ ਹੈ ਕਿ ਜਦੋਂ ਤੁਸੀਂ ਸੈਕਸ਼ਨ ਸ਼ੁਰੂ ਕੀਤਾ ਸੀ ਉਹਦੇ ਵਿੱਚ ਜਦੋਂ ਪੇਪਰ ਹੋਏ ਰਿਜ਼ਲਟ ਜਦੋਂ ਆਇਆ ਅਤੇ ਬੱਚਿਆਂ ਦੀ ਜਿਹੜੀ ਬੁੱਕ ਫੀਸ ਵਗੈਰਾ ਜਮ੍ਹਾਂ ਕਰਵਾਈ ਆ ਅਸੀਂ ਹਰ ਦੁਕਾਨ 'ਤੇ ਜਾਂਦੇ ਬੁੱਕਸ ਨਹੀਂ ਆਉਂਦੀ ਉੱਤੇ ਉਹ ਕਹਿੰਦੇ ਪਿੱਛੇ ਛਪ ਕੇ ਜਾਂਦੀ ਆ ਇਹ ਮੋਦੀ ਸਰਕਾਰ ਜਿਹਦੀ ਸੈਂਟਰ ਦੀ ਮੈਡਮ ਹੈਗੀ ਹੈ ਜਾਂ ਕੋਈ ਵੀ ਇਹਨਾਂ ਦਾ ਸੈਂਟਰ ਦਾ ਮਿਨਿਸਟਰ ਹੈਗਾ ਠੀਕ ਹੈ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਪਹਿਲੇ ਬੁੱਕਸ ਵਗੈਰਾ ਰਿਲੀਜ਼ ਕਰਨੇ ਤਾਂ ਆਪਾਂ ਬੱਚੇ ਅੱਗੇ ਐਡਮਿਸ਼ਨ ਕਰਨੇ 3 ਮਹੀਨਿਆਂ ਬਾਅਦ ਜੂਨ ਜੁਲਾਈ ਤੋਂ ਬਾਅਦ ਫਿਰ ਪੇਪਰ ਸ਼ੁਰੂ ਹੋ ਜਾਂਦੇ ਬੱਚਿਆਂ ਦੇ ਉੱਤੋਂ ਮਾਰਕ ਆਉਂਦੇ ਆ ਮੇਰਾ ਬੇਟਾ ਖੁਦ 8ਵੀਂ ਕਲਾਸ ਹੀ ਪੜ੍ਹ ਰਿਹਾ ਮੋਹਾਲੀ ਵਿੱਚ ਜੈਮ ਪਬਲਿਕ ਸਕੂਲ ਦੇ ਵਿੱਚ ਠੀਕ ਹੈ ਉਹ ਰੋਜ਼ ਕਹਿ ਰਿਹਾ ਬੁੱਕਸ ਪਾਪਾ ਪਾਪਾ ਬੁੱਕਸ ਬੁੱਕਸ ਹੁਣ ਬੁੱਕਸ ਕਿੱਥੋਂ ਲੈਣੇ ਹੁਣ ਅਸੀਂ ਟੋਸਾ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਅਤੇ ਗੱਲ ਕਰਾਂਗੇ ਟੋਸਾ ਨਾਲ ਵੀ ਕਿ ਪ੍ਰਾਈਵੇਟ ਸਕੂਲ ਮਾਰਕੀਟ ਵਿੱਚ ਮਿਲ ਜਾਂਦੀ ਆ ਬੁੱਕਸ ਉਹ ਵੀ ਤਕਰੀਬਨ ਟੁੱਟ ਕੇ ਵੀ ਮਿਲਦੀ ਆ ਅਤੇ ਜਿਹੜੇ ਤੁਹਾਡੇ ਆਪਣੇ ਬੂਥ ਬਣੇ ਹੋਏ ਆ ਸਟੋਰ ਬਣੇ ਹੋਏ ਆ ਡਿਪੂ ਉਹਨਾਂ ਵਿੱਚ ਵੀ ਅਵੇਲੇਬਲ ਹੈਗੇ ਤਾਂ ਫਿਰ ਕਿਤੇ ਮਿਲ ਸਕਦੀ ਆ ਕਿ ਤੁਸੀਂ ਮੰਨਦੇ ਹੋ ਕਿ ਜਿਹੜਾ ਇਹ 2 ਮਹੀਨੇ ਹੋਰ ਟਾਈਮ ਲੱਗੇਗਾ ਪੇਪਰ ਨਾ ਆਉਣ ਕਰਕੇ ਜਿਹੜਾ ਇਹ ਬੁੱਕਸ ਨਹੀਂ ਛਪ ਰਹੀ ਇਹ ਬੱਚਿਆਂ ਨੂੰ ਭਵਿੱਖ ਖਰਾਬ ਹੋ ਰਿਹਾ ਇਹ ਪੂਰਾ ਭਵਿੱਖ ਖਰਾਬ ਹੋਏਗਾ ਜੀ ਇਹਨਾਂ ਨੂੰ ਪਹਿਲੇ ਹੋਣਾ ਚਾਹੀਦਾ ਸੀ ਕਿ ਬੁੱਕਸ ਪਹਿਲੇ ਰਿਲੀਜ਼ ਕਰਨੇ ਫਿਰ ਅੱਗੇ ਕਰਨੇ ਜਿੱਦਾਂ ਯੂਨੀਵਰਸਿਟੀ ਦੇ ਵਿੱਚ ਫੀਸਾਂ ਵੱਧ ਰਹੀ ਆ ਉਹਨਾਂ ਵਿੱਚ ਰੋਲਾ ਪੈ ਰਿਹਾ ਇਹ ਹੋ ਰਿਹਾ ਹੁਣ ਇੱਥੇ ਇਹੀ ਰੋਲਾ ਇਹ ਤੂਰੇ ਪੈਣਾ ਬੁੱਕਸ ਨਹੀਂ ਇਹਦੇ ਬੱਚੇ ਕਿਤੇ ਪੜ੍ਹੂਗੇ ਮੇਰੇ ਬੱਚੇ ਭਵਿੱਖ ਖਰਾਬ ਹੋਏ ਹੁੰਦੇ ਬੋਰਡ ਐਜੂਕੇਸ਼ਨ ਬੋਰਡ ਦੇ ਆ 8ਵੀਂ ਬੋਰਡ ਦੀ ਆ ਰਹੀ ਆ ਜੇ 8ਵੀਂ ਬੋਰਡ ਦੀ ਹੁੰਦੇ ਫਿਰ ਚਲੋ ਕਹਿੰਦਾ ਕਿ ਬੱਚਾ 1 ਸਾਲ ਦਾ ਕੋਈ ਗੱਲ ਨਹੀਂ 9ਵੀਂ 10ਵੀਂ ਬੋਰਡ ਦੀ ਹੋ ਜਾਏਗੀ ਹੁਣ 8ਵੀਂ ਬੋਰਡ ਦੀ ਹੋ ਗਈ ਆ ਇਹ